ਤੋਪਾਂ ਤੇ ਟੈਂਕਾਂ ਦੇ ਨਾਲ ਮਾਰਨ ਦਾ ਯਤਨ ਕੀਤਾ ਸਾਡੇ ਨੌਜਵਾਨਾਂ ਨੂੰ ਘਰਾਂ ਚੋਂ ਚੁੱਕ ਚੁੱਕ ਕੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਾਡੀ ਨੌਜਵਾਨੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਨਸ਼ਿਆਂ ਦੇ ਦਰਿਆ ਵਗਾ ਕੇ ਸਾਡੀ ਨੌਜਵਾਨੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਫੇਰ ਇਤੋਂ ਦਾ ਹੁਕਮਰਾਨ ਸਾਨੂੰ ਆਰਥਿਕ ਤੌਰ ਤੇ ਖਤਮ ਕਰਨ ਲਈ ਤਿੰਨ ਕਾਲੇ ਕਾਨੂੰਨ ਲਿਆ ਕੇ ਸਾਨੂੰ ਖਤਮ ਕਰਨਾ ਚਾਹੁੰਦਾ ਹੈ ਤੁਸੀਂ ਵਧਾਈ ਦੇ ਪਾਤਰ ਹੋ ਪੰਜਾਬ ਵਾਲਿਓ ਜੋ ਇਹ ਸੰਘਰਸ਼ ਨੂੰ ਅੱਜ ਇੱਥੋਂ ਤੱਕ ਲੈ ਕੇ ਆਏ ਹੋ ਅੱਜ ਪੂਰੇ ਦੇਸ਼ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਸਾਡੇ ਕਿਸਾਨ ਵੀਰ ਇਸ ਮੋਰਚੇ ਵਿੱਚ ਆਪਣੀ ਸ਼ਮੂਲੀਅਤ ਕਰ ਰਹੇ ਆ ਪਰ ਦੇਖੋ ਇੱਥੋਂ ਦਾ ਮੀਡੀਆ ਅਤੇ ਇੱਥੋਂ ਦੀ ਸਰਕਾਰ ਅੱਜ ਫੇਰ ਉਸੇ ਤਰ੍ਹਾਂ ਹੀ ਭਰਮ ਭੁਲੇਖੇ ਪੈਦਾ ਕਰ ਰਹੀ ਆ ਸਾਨੂੰ ਅੱਤਵਾਦੀ ਵੱਖਵਾਦੀ ਅਤੇ ਖਾਲਿਸਤਾਨੀ ਕਿਹਾ ਜਾ ਰਿਹਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕਿਹੜੇ ਬੰਬ ਚੱਕੀ ਫਿਰਦੇ ਹੋ ਤੁਸੀਂ ਕਿਹੜੀਆਂ AK-47 ਰੱਖੀ ਫਿਰਦੇ ਹੋ ਇਸ ਤੋਂ ਵੱਧ ਸ਼ਾਂਤਮਈ ਨਹੀਂ ਹੋ ਸਕਦੀ ਜਿੰਨੀ ਸ਼ਾਂਤਮਈ ਨਾਲ ਤੁਸੀਂ ਇਹ ਸੰਘਰਸ਼ ਲੜ ਰਹੇ ਹੋ ਠੀਕ ਉਸੇ ਤਰ੍ਹਾਂ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਦੋਂ ਉਹਨਾਂ ਨੇ ਤੁਹਾਡੇ ਹੱਕਾਂ ਦੀ ਗੱਲ ਕੀਤੀ ਸੀ ਜਦੋਂ ਪੰਜਾਬ ਦੀ ਗੱਲ ਕੀਤੀ ਸੀ ਪੰਜਾਬੀਅਤ ਦੀ ਗੱਲ ਕੀਤੀ ਸੀ ਜ਼ਮੀਰਾਂ ਦੀ ਗੱਲ ਕੀਤੀ ਸੀ ਜ਼ਮੀਨਾਂ ਦੀ ਗੱਲ ਕੀਤੀ ਸੀ ਉਹਨਾਂ ਨੂੰ ਵੀ ਵੱਖਵਾਦੀ ਅਤੇ ਅੱਤਵਾਦੀ ਕਿਹਾ ਗਿਆ ਸੀ ਅੱਜ ਫੇਰ ਇਹ ਸਰਕਾਰਾਂ ਤੁਹਾਨੂੰ ਵੱਖਵਾਦੀ ਤੁਹਾਨੂੰ ਅੱਤਵਾਦੀ ਦੇ ਟੈਗ ਦੇ ਕੇ ਖਤਮ ਕਰਨਾ ਚਾਹੁੰਦੀਆਂ ਪਰ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਜੇ ਜ਼ੁਲਮ ਦੇ ਖਿਲਾਫ ਲੜਨਾ ਅੱਤਵਾਦ ਹੁੰਦਾ ਤਾਂ ਅਸੀਂ ਅੱਤਵਾਦੀ ਹਾਂ ਜੇ ਜ਼ੁਲਮ ਦੇ ਖਿਲਾਫ ਲੜਨਾ ਖਾਲਿਸਤਾਨ ਹੁੰਦਾ ਤਾਂ ਅਸੀਂ ਖਾਲਿਸਤਾਨੀ ਹਾਂ ਜਿੰਨਾ ਚਿਰ ਇਹ ਤਿੰਨ ਕਾਲੇ ਕਾਨੂੰਨ ਖਤਮ ਨਹੀਂ ਹੁੰਦੇ ਚਾਹੇ ਸਾਡੇ ਖੂਨ ਦਾ ਕਤਰਾ ਕਤਰਾ ਲੱਗ ਜਾਏ ਅਸੀਂ ਇਹ ਮੋਰਚੇ ਤੋਂ ਪਿੱਛੇ ਨਹੀਂ ਹਟਾਂਗੇ ਮੈਂ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਵੀਰੋ ਇਹ ਮੋਰਚਾ ਇਹ ਕਾਨੂੰਨ ਕੱਲੇ ਕਿਸਾਨਾਂ ਲਈ ਖਤਰਨਾਕ ਨਹੀਂ ਇਹ ਹਰ ਉਸ ਚੁੱਲ੍ਹੇ ਦੀ ਲੜਾਈ ਆ ਹਰ ਉਸ ਘਰ ਦੀ ਲੜਾਈ ਆ ਜਿਹਨੇ ਦੋ ਟਾਈਮ ਦੀ ਰੋਟੀ ਖਾਣੀ ਆ ਜਿਹਨੇ ਆਪਣੇ ਬੱਚਿਆਂ ਨੂੰ ਰੋਟੀ ਪਕਾ ਕੇ ਖਵਾਉਣੀ ਆ ਸੋ ਇਹ ਮਤ ਸਮਝੋ ਕਿ ਕਿਸਾਨਾਂ ਦੀ ਲੜਾਈ ਆ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਤਕੜੇ ਹੋ ਕੇ ਸੰਘਰਸ਼ ਦਾ ਸਾਥ ਦਿਓ ਤਾਂ ਜੋ ਕਿਸਾਨ ਜਿੱਤ ਕੇ ਆਪਣੇ ਘਰਾਂ ਨੂੰ ਜਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ